ਇਹ ਪ੍ਰੋਗਰਾਮ ਬਾਈ ਸੁਖਬੀਰ ਦੀ ਆਉਣ ਦੀ ਖੁਸ਼ੀ ਵਿੱਚ ਰੱਖਿਆ ਗਿਆ। ਇੱਥੇ ਪਹੁੰਚਣ 'ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਕਹਿੰਦੇ ਵੇਖੇ ਮੈਂ ਚੱਜ ਕਰ ਪਛਾਣ ਲਿਆ ਅੰਕਲ ਜੀ। ਓ ਸੁਖਬੀਰ। ਹਾਂਜੀ ਅੰਕਲ ਜੀ। ਬੈਠੋ ਕਾਕਾ ਜੀ। ਸੁਖਬੀਰ ਕਦੋਂ ਆਇਆ ਸੀ ਬਾਹਰੋਂ? ਬਸ ਥੋੜੇ ਦਿਨ ਹੋਏ ਅੰਕਲ ਜੀ। ਪੜ੍ਹਾਈ ਪੂਰੀ ਹੋ ਗਈ? ਹਾਂ ਅੰਕਲ ਜੀ। ਹੋਰ ਸੁਣਾ ਫਿਰ। ਕੀ ਸੁਣਾਵਾਂ ਅੰਕਲ ਜੀ, ਕਨੇਡਾ ਵਿੱਚ ਜਦੋਂ ਪੰਜਾਬ ਦੀਆਂ ਖਬਰਾਂ ਸੁਣਦੇ ਸੀ ਮਨ ਨੂੰ ਬੜਾ ਧੱਕਾ ਲੱਗਦਾ ਸੀ। ਕੀ ਹੋ ਗਿਆ ਮੇਰੇ ਪੰਜਾਬ ਦੇ ਨੌਜਵਾਨਾਂ ਨੂੰ, ਇਹ ਕਿਉਂ ਨਸ਼ੇ ਵਾਲੇ ਨਾ ਖਿੱਚੇ ਚਲੇ ਜਾਂਦੇ? ਕੀ ਦੱਸਾਂ ਪੁੱਤਰ ਜੀ, ਬੜਾ ਮਾੜਾ ਹਾਲ ਹੈ ਅੱਜ ਕੱਲ੍ਹ ਇੱਥੋਂ ਦਾ। ਹਾਂ ਅੰਕਲ, ਰੂਬੀ ਦਾ ਤਾਂ ਬੜਾ ਹੀ ਮਾੜਾ ਹੈ, ਬੜੀ ਚੰਗੀ ਕੁੜੀ ਸੀ। ਪਰ ਮੈਂ ਸੁਣਿਆ ਤੁਸੀਂ ਕੋਈ ਪੁਲਿਸ ਰਿਪੋਰਟ ਵੀ ਨਹੀਂ ਕਰਾਈ, ਉਹ ਕਿਉਂ? ਕੀ ਕਰਦੇ ਕਾਕਾ ਜੀ, ਇੱਜਤ ਤਾਂ ਪਹਿਲਾਂ ਹੀ ਲੁੱਟੀ ਗਈ ਸੀ, ਰਹਿੰਦੀ ਕਿੱਥੇ ਥਾਣੇ ਕਚਹਿਰੀਆਂ 'ਚ ਰੋਲਦੇ ਫਿਰਦੇ? ਨੋ ਨੋ ਅੰਕਲ ਜੀ, ਇਹ ਤਾਂ ਤੁਸੀਂ ਬੜਾ ਹੀ ਗਲਤ ਕੀਤਾ। ਕਾਨੂੰਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਉਹ ਕਿਹੜੇ ਕਾਨੂੰਨ ਦੀ ਗੱਲ ਕਰਦੇ ਕਾਕਾ ਜੀ, ਧੀਆਂ ਦੀ ਪੱਤ ਲੁੱਟੀ ਜਾ ਰਹੀ ਹੈ, ਸ਼ਰੇਆਮ ਨਸ਼ੇ ਵੇਖ ਰਹੇ ਆ, ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ, ਕਿਹੜਾ ਕਾਨੂੰਨ ਹੈ ਇੱਥੇ? ਸਭ ਕੁਝ ਠੀਕ ਹੋਏਗਾ ਅੰਕਲ ਜੀ, ਬਸ ਨਵੀਂ ਪੀੜ੍ਹੀ ਨੂੰ ਸੇਧ ਦੇਣ ਦੀ ਲੋੜ ਹੈ। ਪਾਲੀ ਕਿੱਥੇ ਅੰਕਲ ਜੀ? ਪਾਲੀ ਦਰਸ਼ਨ ਸਿੰਘ ਘਰੇ ਗਈ ਹੈ, ਆਉਂਦੀ ਹੋਊਗੀ। ਲਓ ਉਹ ਆ ਗਈ ਪਾਲੀ। ਹੋਰ ਪਾਲੀ, ਸਟੱਡੀ ਪੂਰੀ ਹੋ ਗਈ? ਜੀ, ਬੀਏ ਤਾਂ ਹੋ ਗਈ। ਬੈਠੋ, ਮੈਂ ਚਾਹ ਬਣਾ ਕੇ ਲਿਆਉਂਦੀ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਾਈ ਸੁਖਬੀਰ ਜੀ ਬਾਹਰੋਂ ਆਏ ਨੇ ਅਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਇੱਥੋਂ ਦਾ ਜੋ ਕਲੱਬ ਬਣਾਇਆ, ਯੂਥ ਸਭਾਵਾਂ ਕਲੱਬ ਪਿੰਡ ਡੇਂਗਰੂ ਕਲਾਂ, ਬਾਕੀ ਜੋ ਕਲੱਬ ਦੇ ਟੀਚੇ ਨੇ ਉਹ ਤੁਹਾਨੂੰ ਬਾਈ ਆਪ ਦੱਸਣਗੇ। ਟੀਚਾ ਤਾਂ ਆਪਣਾ ਇਹੀ ਆ, ਅੱਜ ਕੱਲ੍ਹ ਆਪਣੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਧੱਸ ਰਹੇ ਆ, ਆਪਾਂ ਇਹੀ ਉਪਰਾਲਾ ਕਰੀਏ ਕਿ ਉਹਨਾਂ ਨੂੰ ਰੋਕ ਸਕੀਏ। ਸੁਖਬੀਰ ਬਾਈ, ਤੂੰ ਫਿਕਰ ਨਾ ਕਰੀ, ਅਸੀਂ ਤੇਰਾ ਪੂਰਾ ਸਾਥ ਦੇਵਾਂਗੇ। ਮੇਰਾ ਪਿੰਡ ਹੀ ਨਹੀਂ, ਮੇਰੇ ਨਾਲ ਦੇ ਪਿੰਡ ਦੇ ਅਤੇ ਪੂਰੇ ਪੰਜਾਬ ਦੇ ਯੂਥ ਜੋ ਕਲੱਬ ਆ ਉਹ ਮੇਰਾ ਸਹਿਯੋਗ ਦੇਣ, ਆਪਾਂ ਨੌਜਵਾਨਾਂ ਦਾ ਧਿਆਨ ਨਸ਼ੇ ਤੋਂ ਹਟਾ ਕੇ ਖੇਡਾਂ ਵੱਲ ਲਿਜਾ ਸਕੀਏ ਅਤੇ ਆਪਾਂ ਪੰਜਾਬ ਨੂੰ ਹੱਸਦਾ ਵੱਸਦਾ ਬਣਾ ਸਕੀਏ। ਧੰਨਵਾਦ। ਮੈਨੂੰ ਬੜੀ ਉਮੀਦ ਹੈ ਕਿ ਜੋ ਬਾਹਰੋਂ ਭਾਈ ਸੁਖਬੀਰ ਸਿੰਘ ਜੀ ਆਏ ਨੇ, ਇਹਨਾਂ ਨੇ ਆਣ ਕੇ ਇਹ ਨਸ਼ਿਆਂ ਦੇ ਖਿਲਾਫ਼ ਇਹ ਮੁਹਿੰਮ ਵਿੱਢੀ ਹੈ, ਸੋ ਇਹ ਯੂਥ ਕਲੱਬ ਬਣਾਇਆ ਹੈ। ਸੋ ਸਾਨੂੰ ਉਮੀਦ ਹੈ ਸਤਿਗੁਰੂ ਇਹਨਾਂ ਦਾ ਜੋ ਕਾਰਜ ਹੈ ਇਹ ਨੇਪਰੇ ਚਾੜਨ, ਚੜ੍ਹਦੀ ਕਲਾ ਕਰਨ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ, ਇਹਨਾਂ ਨੂੰ ਜੋ ਨਸ਼ਿਆਂ ਦਾ ਖਾਤਮਾ ਹੋ ਸਕੇ। ਸੋ ਇਹਨਾਂ ਦੇ ਉੱਤੇ ਮਹਾਰਾਜ ਮਿਹਰ ਭਰਿਆ ਹੱਥ ਰੱਖੇ। ਧੰਨਵਾਦ। ਚਾਚਾ ਜੀ, ਤੁਸੀਂ ਕੰਤੇ ਨੂੰ ਸਮਝਾਉਂਦੇ ਕਿਉਂ ਨਹੀਂ? ਕਦੇ ਕਿਸੇ ਕੋਲ ਪੈਸੇ ਮੰਗਦਾ ਹੁੰਦਾ, ਕਦੇ ਕਿਸੇ ਕੋਲ ਪੈਸੇ ਮੰਗਦਾ ਪਿਆਉਂਦਾ, ਕਦੇ ਕਿਤੇ ਡਿੱਗਿਆ ਹੁੰਦਾ, ਕਦੇ ਕਿਤੇ ਡਿੱਗਿਆ ਹੁੰਦਾ, ਉਹਨੂੰ ਸਮਝਾਓ ਥੋੜ੍ਹਾ ਜਿਹਾ। ਪੁੱਤਰਾ, ਮੈਂ ਉਹਦੀਆਂ ਇਹਨਾਂ ਹਰਕਤਾਂ ਤੋਂ ਬਹੁਤ ਦੁਖੀ। ਸੁਧਰ ਜਾਏਗਾ ਜੀ। ਨਸ਼ਾ ਕਰਦੇ ਕਿੱਥੇ? ਚੱਲ ਕਿਉਂ ਬਈ, ਆ ਰਿਹਾ ਮਜ਼ਾ? ਹਾਂ ਬਈ, ਬਹੁਤ ਆ ਰਿਹਾ ਮਜ਼ਾ। ਓਏ ਸੁਖਵੀਰ ਭਾਈ, ਅਮਨ ਤੂੰ ਵੀ ਇਸ ਕੰਮ ਚ? ਨਹੀਂ ਨਹੀਂ ਬਾਈ ਬਾਈ, ਮੈਂ ਨਿਆਣੀ ਨਹੀਂ ਹੈਣੀਗਾ ਬਾਈ ਬਾਈ, ਮੈਂ ਇਸ ਕੰਮ ਚ ਨਹੀਂ ਬਾਈ। ਤੂੰ ਹੈਣੀ ਦਾ ਕੀ ਆ? ਨਹੀਂ ਨਹੀਂ ਬਾਈ, ਕੁਛ ਨਹੀਂ ਬਾਈ। ਚਾਚਾ ਵੇਖ ਲੈ ਇਹਦੀਆਂ ਕਰਤੂਤਾਂ, ਕੀ ਕੀਤਾ ਇਹਨੇ? ਇਹ ਨਸ਼ੇੜੀਆਂ ਨਾਲ ਰਲ ਕੇ ਨਸ਼ਾ ਕਰਦਾ ਪਿਆ ਸੀ। ਹਾਏ ਓਏ, ਨਹੀਂ ਬਾਬੂ, ਨਹੀਂ ਬਾਬੂ।
ਸੁਧਰ ਜਾ ਹੁਣ, ਪੜ੍ਹ ਲਿਖ, ਚੰਗਾ ਇਨਸਾਨ ਬਣ, ਸੁਧਰ ਜਾ। ਚੁੱਪ ਕਰ ਜਾ, ਨਹੀਂ ਤਾਂ ਜਾਨ ਕੱਢ ਦੋ ਤੇਰੀ। जाकर एक सोशल वर्कर का काम शुरू करेंगे और मुझे बड़ी खुशी की बात है कि आपने पंजाब के अंदर नशे के खिलाफ काम शुरू कर दिया है और मैंने हरियाणा में, और मुझे एक बड़ी और उम्मीद है कि हमारी जो युवा पीढ़ी है वो हमारा पूरा साथ देगी और हम इस मिशन में कामयाब होंगे। तो फिक्र ना कर यार, इस काम में अपनी नौजवान पीढ़ी अपना पूरा साथ देगा। थैंक यू। ਤੁਹਾਡੇ ਮੁੰਡੇ ਨੇ ਪਿੰਡ ਚ ਬੱਲੇ ਬੱਲੇ ਕਰਾਈ ਪਈ ਆ, ਨੌਜਵਾਨ ਪੀੜ੍ਹੀ ਨੂੰ ਚੰਗੇ ਰਾਹ ਲਾਈ ਜਾਂਦਾ। ਕਿਰਪਾ ਜੀ ਵਾਹਿਗੁਰੂ ਦੀ, ਉਹਦੀ ਬਖਸ਼ਿਸ਼ ਆ ਜਿਹਨੂੰ ਜਿਹੜੇ ਰਸਤੇ ਲਾਉਂਦਾ। ਪੁੱਤਰ ਸੁਖਬੀਰ, ਜਿਹੜੀ ਤੂੰ ਪਿੰਡ 'ਚ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੈ ਨਾ, ਸਾਰੇ ਪਿੰਡ 'ਚ ਬੱਲੇ ਬੱਲੇ ਹੋਈ ਪਈ ਹੈ। ਹੋਵੇ ਕਿੱਦਾਂ ਨਾ, ਅਕਸਰ ਪੁੱਤਰ ਕਿਹਦਾ? ਮੇਰਾ ਮੇਰਾ ਬੈਠੇ ਰਹੋ, ਮੇਰਾ ਮੇਰਾ ਬਾਬਾ ਲੜੋ ਨਾ ਤੁਹਾਡਾ ਦੋਨਾਂ ਦਾ। ਰਾਣੀ ਰਾਣੀ ਕੀ ਹੋ ਗਿਆ ਪੁੱਤ? ਮੰਮਾ ਮੈਂ ਪੜ੍ਹਨਾ ਚਾਹੁੰਦੀ ਹਾਂ।
ਦੇਖ ਸਖਬੀਰ, ਜਿੰਨਾ ਚਿਰ ਉਹ ਦਰਿੰਦੇ ਫੜੇ ਨਹੀਂ ਨਾ ਜਾਂਦੇ ਰੱਬ ਦੀ ਸਹੁੰ, ਉਨਾ ਚਿਰ ਮੈਨੂੰ ਚੈਨ ਨਹੀਂ ਆਉਣਾ। ਦੇਖ ਪਾਲੀ, ਉਹ ਬੜੀ ਛੇਤੀ ਫੜੇ ਜਾਣਗੇ, ਪਰ ਆਪਾਂ ਕਾਨੂੰਨ ਹੱਥ 'ਚ ਨਹੀਂ ਲੈਣਾ। ਆਪਣੇ ਪਿੰਡ ਦੇ ਮੁੰਡੇ ਉਹਨਾਂ ਦੇ ਮਗਰ ਲੱਗੇ ਹੋਏ ਆ, ਇੱਕ ਨਾ ਇੱਕ ਦਿਨ ਆਪਾਂ ਉਹਨਾਂ ਨੂੰ ਜ਼ਰੂਰ ਰੰਗੇ ਹੱਥੀ ਫੜਾਂਗੇ। ਊਂ ਤਾਂ ਮੈਨੂੰ ਤੇਰੇ 'ਤੇ ਪੂਰਾ ਭਰੋਸਾ, ਪਰ ਉਹ ਛੇਤੀ ਫੜੇ ਜਾਣੇ ਚਾਹੀਦੇ ਨੇ। ਤੂੰ ਫਿਕਰ ਨਾ ਕਰ, ਚੱਲ ਆ ਚੱਲੀਏ। ਰੋਜ ਕਿਤੇ ਨਾ ਕਿਤੇ ਨੌਜਵਾਨਾਂ ਦੀਆਂ ਮੌਤਾਂ ਹੋਈ ਜਾਂਦੀਆਂ ਨੇ। ਤਾਂ ਕਿਤੇ ਮਾਵਾਂ ਪੁੱਤ ਦੀ ਦਾਤ ਮੰਗਣੀ ਨਾ ਬੰਦ ਕਰ ਦੇਣ। ਸਹੀ ਗੱਲ ਹੈ ਚਾਚਾ ਜੀ, ਸਰਕਾਰ ਵੀ ਕੁਝ ਨਹੀਂ ਕਰਦੀ। ਚਾਚਾ ਜੀ, ਜਿੰਨੀ ਸਰਕਾਰ ਦੀ ਜ਼ਿੰਮੇਵਾਰੀ ਆ, ਉਸ ਤੋਂ ਜ਼ਿਆਦਾ ਸਾਡੇ ਸਮਾਜ ਦੀ ਜ਼ਿੰਮੇਵਾਰੀ ਆ ਕਿ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਇਆ ਜਾਵੇ। ਇਹ ਤਾਂ ਤੇਰੀ ਗੱਲ ਠੀਕ ਆ। ਚੰਗਾ ਚਾਚਾ ਜੀ, ਮੈਂ ਚੱਲਦਾ। ਜਿਉਂਦਾ ਵਸਦਾ ਰਹਿ ਪੁੱਤ।
ਹੈਲੋ ਗੁਰਕਾਜ ਸਿੰਘ ਨੇ ਤੇ ਵੱਡੇ ਵੱਡੇ ਸਿੱਧੇ ਕਰਤੇ, ਤੂੰ ਕਿਤੇ ਪਾਣੀ ਹਾਰੇ। ਵੇਖ ਵੇਖ ਕਮੀਨਿਆ ਵੇਖ, ਹੱਕਾਂ ਤੇ ਵੇਚ ਵੇਚ ਕੇ ਸਾਡਾ ਪੰਜਾਬ ਰੋਣ ਲਾਤਾ ਕਮੀਨਿਓ ਰੋਣ। ਕਦੇ ਰਣਜੀਤ ਸਿੰਘ